ਅਸੀਂ ਤੁਹਾਨੂੰ ਮੇਲੇ ਦੇ ਲਾਸਟ ਦਿਨ ਵਿੱਚ ਲੈ ਕੇ ਜਾ ਰਹੇ ਹਾਂ। ਅੱਜ ਹੈਗਾ ਵੀ ਸੰਡੇ ਹੈ ਅਤੇ ਉੱਥੇ ਭਾਰੀ ਇਕੱਠ ਹੋਵੇਗਾ। ਚਲੋ ਦੇਖਦੇ ਹਾਂ ਮੇਲੇ 'ਤੇ ਜਾ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ। ਲਓ ਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂ ਛਪਾਰ ਦੇ ਮੇਲੇ 'ਤੇ। ਉਸ ਦਿਨ ਦੇ ਮੁਕਾਬਲੇ ਨਾਲ ਅੱਜ ਬਹੁਤ ਜ਼ਿਆਦਾ ਇਕੱਠ ਹੈ। ਜਿੰਨਾ ਜਿੰਨਾ ਅਸੀਂ ਮੇਲੇ ਦੇ ਅੰਦਰ ਵੱਲ ਨੂੰ ਜਾ ਰਹੇ ਹਾਂ ਓਨੀ ਓਨੀ ਭੀੜ ਵੱਧਦੀ ਜਾ ਰਹੀ ਹੈ। ਭਾਰੀ ਗਿਣਤੀ ਵਿੱਚ ਲੋਕ ਅੱਜ ਮੇਲੇ ਦਾ ਆਨੰਦ ਮਾਣਨ ਲਈ ਇੱਥੇ ਆਏ ਹੋਏ ਹਨ। ਜਿਹੜੇ ਝੂਲੇ ਉਸ ਦਿਨ ਖੜ੍ਹੇ ਸੀ ਅੱਜ ਤਕਰੀਬਨ ਸਾਰੇ ਝੂਲੇ ਹੀ ਚੱਲ ਰਹੇ ਹਨ। ਲੋਕ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਮੇਲੇ ਵਿੱਚ ਆਏ ਹੋਏ ਹਨ ਅਤੇ ਸਾਰਾ ਮੇਲਾ ਬੜਾ ਹੀ ਰੰਗ ਬਿਰੰਗਾ ਲੱਗ ਰਿਹਾ ਹੈ। ਸਾਰੇ ਝੂਲਿਆਂ ਨੂੰ ਚੱਲਦਾ ਦੇਖ ਕੇ ਬਹੁਤ ਹੀ ਵਧੀਆ, ਚੱਲਦੇ ਹੋਏ ਝੂਲੇ ਬਹੁਤ ਹੀ ਵਧੀਆ ਲੱਗ ਰਹੇ ਹਨ। ਚਲੋ ਹੁਣ ਚੱਲਦੇ ਹਾਂ ਦੁਕਾਨਾਂ 'ਤੇ, ਕੁਛ ਖਰੀਦਦੇ ਹਾਂ। ਹੁਣ ਅਸੀਂ ਬਾਜ਼ਾਰ ਵਿੱਚ ਆ ਗਏ ਹਾਂ। ਜਿਹੜਾ ਬਾਜ਼ਾਰ ਉਸ ਦਿਨ ਪੂਰਾ ਖਾਲੀ ਲੱਗ ਰਿਹਾ ਸੀ ਅੱਜ ਖਚਾ ਖਚ ਭਰਿਆ ਹੋਇਆ ਹੈ। ਜੈਂਟੀ ਨੂੰ ਸ਼ੋਪਿੰਗ ਕਰਦੇ ਨੂੰ ਦਿਖਾਉਂਦੇ ਹਾਂ ਆਪਾਂ। ਦੁਕਾਨਾਂ ਉੱਪਰ ਲੋਕਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਕਿਧਰੇ ਪਾਸੇ ਨੂੰ ਲੰਘਣ ਦਾ ਵੀ ਥਾਂ ਨਹੀਂ ਮਿਲ ਰਿਹਾ ਹੈ। ਨਹੀਂ ਨਹੀਂ ਹੁਣ ਜੈਂਟੀ ਕੋਈ ਚੀਜ਼ ਖਰੀਦੂ ਨਾ, ਆਪਾਂ ਦੀ ਵੀਡੀਓ ਪਾ ਦੇਣੀ ਨਾਲ। ਅਸੀਂ ਵੀ ਇੱਥੋਂ ਇੱਕ ਦੋ ਛੱਲੇ ਖਰੀਦੇ। ਉਸ ਤੋਂ ਬਾਅਦ ਮੇਲੇ ਵਿੱਚ ਹੋਰ ਸਮਾਨ ਦੇਖਿਆ ਜਿਵੇਂ ਕਿ ਬਰਤਨਾਂ ਦੀਆਂ ਦੁਕਾਨ ਅਤੇ ਉਸ ਤੋਂ ਇਲਾਵਾ ਐਨਕਾਂ ਦੀ ਦੁਕਾਨ।
ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਦੇ ਨਾਲ ਬਹੁਤ ਸਾਰਾ ਸ਼ੋਰ ਵੀ ਸੀ ਸਾਰੇ ਪਾਸੇ, ਉੱਚੀਆਂ ਉੱਚੀਆਂ ਆਵਾਜ਼ਾਂ, ਸਪੀਕਰਾਂ ਦੀਆਂ ਆਵਾਜ਼ਾਂ, ਦੁਕਾਨਾਂ ਵਾਲਿਆਂ ਦੀਆਂ ਆਵਾਜ਼ਾਂ ਚਾਰੇ ਸਾਰੀਆਂ ਮੇਲੇ ਦੇ ਵਿੱਚ ਗੂੰਜ ਰਹੀਆਂ ਸਨ। ਛੋਟਾ ਚੰਡੋਲ ਲੈਣ ਤੋਂ ਬਾਅਦ ਫਿਰ ਅਸੀਂ ਵੱਡੇ ਚੰਡੋਲ ਉੱਪਰ ਬੈਠ ਗਏ। ਤੁਸੀਂ ਦੱਸੋ, ਚੰਡੋਲ ਉੱਪਰੋਂ ਸਾਰਾ ਮੇਲਾ ਬਹੁਤ ਵਧੀਆ ਤਰੀਕੇ ਨਾਲ ਦਿਖ ਰਿਹਾ ਸੀ। ਜ਼ਿਆਦਾਤਰ ਲੋਕ ਝੂਲੇ ਦਾ ਆਨੰਦ ਲੈਣ ਦੇ ਨਾਲ ਨਾਲ ਅਸੀਂ ਮੇਲੇ ਦਾ ਆਨੰਦ ਵੀ ਲੈ ਰਹੇ ਸੀ। ਝੂਲੇ ਦੇ ਉੱਪਰੋਂ ਮੇਲੇ ਵਿੱਚ ਦੂਰ ਤੱਕ ਦੇਖਿਆ ਜਾ ਸਕਦਾ ਸੀ ਅਤੇ ਉੱਪਰੋਂ ਦੇਖ ਕੇ ਮੇਲਾ ਬਹੁਤ ਹੀ ਵਧੀਆ ਲੱਗ ਰਿਹਾ ਸੀ। ਮੇਲੇ ਦੇ ਵਿੱਚ ਹੋਰ ਅੱਗੇ ਵਧੇ। ਤੁਸੀਂ ਦੱਸੋ, ਉਸ ਦਿਨ ਜਦੋਂ ਅਸੀਂ ਆਏ ਸੀ ਤਾਂ ਮੇਲਾ ਬਿਲਕੁਲ ਖਾਲੀ ਖਾਲੀ ਲੱਗ ਰਿਹਾ ਸੀ ਅਤੇ ਅੱਜ ਐਵੇਂ ਲੱਗ ਰਿਹਾ ਵੀ ਅਸੀਂ ਲੰਘਾਂਗੇ ਕਿੱਥੇ ਦੀ, ਮਤਲਬ ਅੱਜ ਇੰਨੀ ਭੀੜ ਹੈ ਕਿ ਤੁਹਾਨੂੰ ਕਿਧਰੇ ਪਾਸਿਓਂ ਲੰਘਣ ਲਈ ਵੀ ਰਾਹ ਨਹੀਂ ਮਿਲ ਰਿਹਾ। ਬਹੁਤ ਜ਼ਿਆਦਾ ਭੀੜ ਦੇ ਨਾਲ ਨਾਲ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ। ਇਸ ਮੇਲੇ ਵਿੱਚ ਮੈਨੂੰ ਜਿਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਹਨ ਚੰਡੋਲ। ਚੰਡੋਲ ਸੱਚਮੁੱਚ ਹੀ ਬਹੁਤ ਗਿਣਤੀ ਵਿੱਚ ਅਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਲੱਗੇ ਹੋਏ ਹਨ ਅਤੇ ਭੀੜ ਵੀ ਚੰਡੋਲਾਂ ਉੱਪਰ ਬਹੁਤ ਜ਼ਿਆਦਾ ਲੱਗੀ ਹੋਈ ਹੈ। ਗਰਮੀ ਬਹੁਤ ਜ਼ਿਆਦਾ ਹੈ, ਬੁਰਾ ਹਾਲ ਕਰ ਰੱਖਿਆ ਗਰਮੀ ਨੂੰ। ਵੀਡੀਓ ਬਣਾਉਂਦੇ ਬਣਾਉਂਦੇ ਮੈਂ ਪੂਰੀ ਤਰ੍ਹਾਂ ਗਰਮੀ ਨਾਲ ਭਿੱਜ ਚੁੱਕਿਆ ਹਾਂ, ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਵੀਡੀਓ ਬਣਾਉਂਦੇ ਹਾਂ। ਉੱਗਾ ਮਾੜੀ ਦੇ ਅੱਗੇ ਵਾਲੇ ਪਾਸੇ ਵਿੱਚ ਭੀੜ ਹੋਰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਥੋੜ੍ਹਾ ਖਾਣ ਪੀਣ ਤੋਂ ਬਾਅਦ ਅਸੀਂ ਫਿਰ ਅੱਗੇ ਵੱਧਦੇ ਹਾਂ। ਇਸ ਮੇਲੇ ਦਾ ਜ਼ਿਕਰ ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਆਉਂਦਾ ਹੈ, ਬਹੁਤ ਸਾਰੀਆਂ ਲੋਕ ਬੋਲੀਆਂ ਇਸ ਮੇਲੇ ਉੱਪਰ ਲਿਖੀਆਂ ਗਈਆਂ ਹਨ ਕਿਉਂਕਿ ਇਹ ਪੰਜਾਬ ਦੇ ਬਹੁਤ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ। ਅਤੇ ਇਹ ਮੇਲਾ ਬਹੁਤ ਪੁਰਾਣੇ ਟਾਈਮ ਤੋਂ ਇੱਥੇ ਲੱਗਦਾ ਆ ਰਿਹਾ ਹੈ, ਇਸ ਲਈ ਲੋਕ ਪੰਜਾਬ ਦੇ ਹਰ ਇੱਕ ਹਿੱਸੇ ਵਿੱਚੋਂ ਇੱਥੇ ਮੇਲੇ ਨੂੰ ਦੇਖਣ ਲਈ ਆਉਂਦੇ ਹਨ ਅਤੇ ਗੁੱਗਾ ਮਾੜੀ 'ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੇਲਾ ਲਗਭਗ 7 ਦਿਨ ਚੱਲਦਾ ਹੈ ਅਤੇ ਲਾਸਟ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ।
ਗਰਮੀ ਨੇ ਸਾਡਾ ਬੁਰਾ ਹਾਲ ਕਰ ਛੱਡਿਆ ਹੈ, ਅਤੇ ਉੱਪਰੋਂ ਇੰਨੀ ਜ਼ਿਆਦਾ ਭੀੜ, ਇੰਨੀ ਜ਼ਿਆਦਾ ਭੀੜ ਨੇ ਗਰਮੀ ਨੂੰ ਹੋਰ ਵਧਾ ਦਿੱਤਾ ਹੈ। ਮਿਠਾਈਆਂ ਦੀਆਂ ਦੁਕਾਨਾਂ ਤੋਂ ਮਿਠਾਈ ਲੈਣ ਤੋਂ ਬਾਅਦ ਹੁਣ ਅਸੀਂ ਮੇਲੇ ਤੋਂ ਬਾਹਰ ਵੱਲ ਨੂੰ ਚੱਲਦੇ ਹਾਂ। ਅੱਜ ਦੇ ਦਿਨ ਮੇਲੇ ਵਿੱਚ ਬਹੁਤ ਜ਼ਿਆਦਾ ਭੀੜ ਸੀ, ਹਰ ਇੱਕ ਦੁਕਾਨ 'ਤੇ ਬਹੁਤ ਜ਼ਿਆਦਾ ਭੀੜ ਸੀ, ਅਤੇ ਮੇਲੇ ਵਿੱਚ ਕਈ ਥਾਂ 'ਤੇ ਤਾਂ ਲੰਘਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ। ਜਿਹੜੀਆਂ ਦੁਕਾਨਾਂ ਉਸ ਦਿਨ ਬਹੁਤ ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ ਲੱਗ ਰਹੀਆਂ ਸਨ, ਅੱਜ ਉੱਥੇ ਲੰਘਣ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਸੀ। ਜਿਵੇਂ ਜਿਵੇਂ ਅਸੀਂ ਮੇਲੇ ਦੇ ਬਾਹਰ ਵੱਲ ਨੂੰ ਜਾ ਰਹੇ ਸੀ, ਭੀੜ ਹੋਰ ਵੱਧ ਰਹੀ ਸੀ, ਕਿਉਂਕਿ ਮੇਲੇ ਤੋਂ ਬਾਹਰ ਵੱਲ ਜਾਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਅਤੇ ਅੰਦਰ ਨੂੰ ਆਉਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਇਹ ਵਾਲਾ ਰਸਤਾ ਥੋੜ੍ਹਾ ਜਿਹਾ ਤੰਗ ਹੈ, ਅੱਗੇ ਜਾ ਕੇ ਸੜਕ ਖੁੱਲ੍ਹ ਜਾਂਦੀ ਹੈ। ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ? ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਨਾ ਕਿ ਤੁਸੀਂ ਵੀ ਮੇਲੇ 'ਤੇ ਗਏ ਸੀ, ਅਤੇ ਕਮੈਂਟ ਵਿੱਚ ਮੈਨੂੰ ਲਿਖਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਤਾਂ ਕਿ ਮੈਂ ਹੋਰ ਐਵੇਂ ਦੀਆਂ ਵੀਡੀਓ ਬਣਾ ਸਕਾਂ, ਅਤੇ ਇਸੇ ਤਰ੍ਹਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਹੋਰ ਮੇਲੇ ਕਿਸੇ ਹੋਰ ਸਥਾਨ 'ਤੇ ਲੈ ਕੇ ਚੱਲਾਂਗੇ। ਹੋਰ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨਾਲ ਬਣੇ ਰਹੋ, ਅਤੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜ਼ਰੂਰ ਦੇਣਾ। ਹੁਣ ਅਸੀਂ ਮੇਲੇ ਤੋਂ ਬਾਹਰ ਵੱਲ ਨੂੰ ਜਾ ਰਹੇ ਹਾਂ। ਵੀਡੀਓ ਨੂੰ ਦੇਖਣ ਲਈ ਧੰਨਵਾਦ।